ਕਵੀ ਜੀ। ਇਹ ਜੀ ਪਿਸ਼ਾਵਰੀ ਮੋਰ ਹੈ, ਦੋ ਮੋਰਨੀਆਂ ਇੱਕ ਮੋਰ, ਇਹਦੇ ਭਾਵੇਂ ਇਹਨੂੰ ਭਾਵੇਂ ਮਾਰੀਏ ਵੀ ਤਾਂ ਇਹ ਤਾਂ ਵੀ ਨਹੀਂ ਪੈਲ ਪਾਉਣੋਂ ਹਟ ਸਕਦਾ। ਇਹਦੇ 'ਚ ਇੰਨੇ ਜਜ਼ਬਾਤ ਦੇ ਵਿੱਚ ਇਸ ਵਕਤ ਆਏ ਹੈ, ਜਦੋਂ ਮੋਰ ਪੈਲ ਪਾਉਂਦਾ ਹੈ ਨਾ, ਉਹ ਫੁੱਲ ਜਜ਼ਬਾਤ ਦੇ ਵਿੱਚ ਹੁੰਦਾ ਹੈ। ਇਹਨਾਂ ਦੀ ਨਸਲਾਂ ਮੁਖਤਲਿਫ ਨਸਲਾਂ ਹੁੰਦੀਆਂ ਨੇਗੀਆਂ। ਇਹ ਜ਼ਿਆਦਾ ਠੰਡੇ ਇਲਾਕੇ ਦੇ ਵਿੱਚ ਹੁੰਦਾ ਹੈ, ਅਤੇ ਸਾਡਾ ਤਾਂ ਇਲਾਕਾ ਗਰਮ ਹੈ, ਮਗਰ ਫਿਰ ਵੀ ਅਸੀਂ ਸਾਡਾ ਸ਼ੌਕ ਹੈ ਜੀ, ਇਹਨੂੰ ਅਸੀਂ ਪੂਰਾ ਕਰਦੇ ਰਹਿੰਦੇ ਹਾਂ। ਜੋ ਚੀਜ਼ ਇਹਨਾਂ ਨੂੰ ਦਾਣੇ ਦੇ ਮੁਤਲਕ, ਬਾਜਰਾ, ਮਕਈ, ਪੱਠੇ, ਜਿਸ ਕਿਸਮ ਦੇ ਬਰਸੀਨ, ਇਹ ਹਰ ਚੀਜ਼ ਜਿਹੜੀ ਹੈ, ਇਹ ਇਹਦੀ ਮੋਰ ਦੀ ਬੈਕ ਹੈ ਜੀ। ਹੈ ਦੇਖੋ ਇਹ ਮੋਰਨੀ, ਮੋਰਨੀ ਦਾ ਪੂੰਝਾ ਨਹੀਂ ਹੁੰਦਾ ਜੀ, ਅਤੇ ਮੋਰ ਜਿਹੜਾ ਹੈਗਾ ਇਹਦਾ ਮੁਕੰਮਲ ਪੂੰਝਾ ਹੁੰਦਾ। ਦੇਖ ਲਓ ਜ਼ਰਾ, ਇਹ ਮੋਰ ਪਾਕ ਜਾਨਵਰ ਹੈਗਾ, ਪਾਕ ਜਾਨਵਰ ਜਾਨਵਰ ਸਮਝਦੇ ਜੀ, ਪਾਕ ਜਾਨਵਰ ਮੋਰ ਆ। ਇਹਨਾਂ ਨੂੰ ਨਬੀ ਪਾਕ ਨੇ ਕਰਾਰ ਦਿੱਤਾ ਹੈਗਾ, ਇਹ ਪਾਕ ਜਾਨਵਰ ਹੈਗਾ। ਇਹਦੇ ਵਿੱਚ ਕੁਰਾਨ ਦੇ ਵਿੱਚ ਇਹਦੀ ਜਿਹੜੀਆਂ ਟਿੱਕੀਆਂ ਜਨ ਨਜ਼ਰ ਆ ਰਹੀਆਂ ਨਾ, ਇਹ ਜਿਹੜੀ ਟਿੱਕੀ ਜਿਹੜੀ ਕੁਰਾਨ ਪਾਕ ਦੇ ਸਫ਼ੇ ਦੇ ਵਿੱਚ ਰੱਖੀ ਜਾਂਦੀ। ਥੈਂਕ ਯੂ, ਸਲਾਮ ਅਲੈਕੁਮ।